ਇਲੈਕਟ੍ਰੀਸ਼ਨ ਉਹ ਮੈਂ ਇੰਨਾ ਫੋਨ ਕੀਤਾ ਤੂੰ ਫੋਨ ਕਿਉਂ ਨਹੀਂ ਚੁੱਕ ਰਿਹਾ ਉਹ ਮੋਟਰਸਾਈਕਲ ਤੇ ਸੈਂ ਤੇ ਬੰਦਾ ਮੋਟਰਸਾਈਕਲ ਖੜੀ ਕਰਕੇ ਫੋਨ ਚੁੱਕ ਲੈਂਦਾ ਉਹ ਕਿੰਨੀ ਦੇਰ ਨੂੰ ਆਉਣਾ ਯਾਰ ਅਜੀਬ ਆਦਮੀ ਮੈਂ 10 ਮਿੰਟ ਤੱਕ ਤੇਰੇ 10 ਮਿੰਟ ਪਤਾ ਨਹੀਂ ਘੰਟੇ ਤੋਂ ਜ਼ਿਆਦਾ ਹੋ ਗਏ ਆਹੋ ਉਹ ਪਹਿਲਾਂ ਕੋਲ ਲੰਘ ਆਏਗਾ ਨਾ ਜਦੋਂ ਅੱਛਾ ਲੰਘ ਆਇਆ ਬਾਹਰ ਅੱਗੇ ਆ ਕੇ ਮੈਨੂੰ ਫੋਨ ਕਰ ਤਾਂ ਮੈਂ ਬਾਹਰ ਦਰਵਾਜ਼ਾ ਖੋਲ ਦਿੰਦਾ ਤੈਨੂੰ ਮੇਨ ਦੇ ਉੱਤੇ ਘਰ ਹੈ ਆ ਛੇਤੀ ਆ ਜੇ ਨਹੀਂ ਆਉਣਾ ਤਾਂ ਮੈਨੂੰ ਹੁਣੇ ਦੱਸ ਦੇ ਮੈਂ ਕੋਈ ਹੋਰ ਬੰਦਾ ਬੁਲਾ ਲਾਂ ਚੱਲ ਠੀਕ ਹੈ ਆ ਜਾ ਲਓ ਜੀ ਬੈਲ ਹੋਈ ਮੈਨੂੰ ਲੱਗਦਾ ਇਹ ਆ ਗਿਆ ਸ਼ੁਕਰ ਹੈ ਪਹੁੰਚਿਆ ਨਹੀਂ ਤਾਂ ਕੰਮ ਰਹਿ ਜਾਣਾ ਸੀ ਇਸ ਕਮਰੇ ਦੀ ਗਰਮੀ ਪਤਾ ਨੀ ਬਸ ਉਹ ਬੱਤੀ ਨੀ ਹੈਗੀ ਤੇ ਗਰਮੀ ਹੋਣੀ ਹੋਰ ਕੀ ਹੋਣਾ ਨਹੀਂ ਇਸ ਕਮਰੇ ਦੀ ਮੇਰੇ ਕੋ ਬਹੁਤੀ ਲੱਗ ਰਹੀ ਬਾਹਰ ਇੰਨੀ ਨੀ ਸੀ ਹੈਗੀ ਮੈਂ ਕਿਹਾ ਤੁਸੀਂ ਉੱਥੇ ਨਾਰਵੇ ਤੋਂ ਆਏ ਨਹੀਂ ਨਾਰਵੇ ਤੋਂ ਤਾਂ ਨਹੀਂ ਆਏ ਜਿੱਥੇ ਬਰਫ਼ ਹੀ ਪੈਂਦੀ ਰਹਿੰਦੀ ਹਰ ਵੇਲੇ ਨਹੀਂ ਰਾਤ ਦਾ ਮਸਲਾ ਹੋਇਆ ਲੈਣ ਦਾ ਉਹ ਰਾਤ ਦਾ ਹੋਇਆ ਹੁਣ ਤੁਹਾਨੂੰ ਲਿਖ ਕੇ ਦੇ ਦਿਆਂ ਰਿਕਾਰਡਿੰਗ ਦੇ ਦਿਆਂ ਤੈਨੂੰ ਕਿਉਂ ਦੱਸੋ ਪਰ ਮੈਨੂੰ ਕੀ ਗੱਲ ਹੈ ਮੈਨੂੰ ਤੇ ਟੈਂਪਰੇਚਰ ਟੈਸਟ ਕਰਨ ਵਾਸਤੇ ਬੁਲਾਇਆ ਬਈ ਬੱਤੀ ਨਹੀਂ ਆ ਰਹੀ ਅਸੀਂ ਗਰਮੀ 'ਚ ਬੈਠੇ ਆ ਹਨੇਰੇ 'ਚ ਰੋਟੀ ਖਾਣ ਦਾ ਹਨੇਰੇ 'ਚ ਓਏ ਹੋਏ ਉਹ ਤਾਂ ਬੜਾ ਇੱਥੇ ਤਾਂ ਬੇਬਰਕਤੀ ਹੁੰਦੀ ਜਿਹਦੇ ਦੀ ਪਤਾ ਤੁਹਾਨੂੰ ਤੇ ਅਸ਼ਰਲੇ ਤੇ ਬੁਲਾਇਆ ਤੈਨੂੰ ਸਿਰਫ ਰੋਟੀ ਖਾਣ ਲਈ ਬਾਕੀ ਭਾਵੇਂ ਬੰਦ ਰਹੇ ਰੋਟੀ ਖਾਣ ਵਾਸਤੇ ਕਿਉਂ ਲੈ ਆ ਜੀ ਉਹ ਬਾਕੀ ਵੀ ਆ ਜਾਏ ਕੱਲ ਫੰਕਸ਼ਨ ਹੈ ਸਾਡੇ ਘਰ ਮਹਿਮਾਨਾਂ ਨੇ ਆਣਾ ਹੈ ਅੱਛਾ ਸਾਰੀ ਆ ਜਾਏ ਆ ਸਾਰੀ ਆ ਜਾਏ ਇਨੀ ਲੈਟ ਤੁਸੀਂ ਕੀ ਕਰਨੀ ਭਾਈ ਯਾਰ ਤੈਨੂੰ ਬਿੱਲ ਦੇਣਾ ਪੈਂਦਾ ਉਹ ਨਾ ਕਹਿੰਦੇ ਕਿ ਲੈਟਾ ਘੱਟ ਚਲਾਓ ਬਿੱਲ ਬੜਾ ਘੱਟ ਹੁੰਦਾ ਅੱਛਾ ਮੈਂ ਨਸੀਹਤਾਂ ਕਰਨ ਲਈ ਨਹੀਂ ਤੈਨੂੰ ਬੁਲਾਇਆ ਮੈਂ ਮਸਲੇ ਦਾ ਹੱਲ ਕਰਨ ਲਈ ਬੁਲਾਇਆ ਠੀਕ ਹੈ ਭਾਈ ਮੈਂ ਚੈੱਕ ਕਰ ਲੈਣਾ ਆਹੋ ਪਟਾਕਾ ਵੱਜਾ ਕੋ ਬੰਦ ਹੋਣ ਤੋਂ ਪਹਿਲੇ ਨਹੀਂ ਪਟਾਕਾ ਨਹੀਂ ਵੱਜਾ ਇੱਕਦਮ ਚਲੀ ਗਈ ਹੈ ਕੰਪਿਊਟਰ ਚੱਲਦੀ ਚੱਲਦੀ ਬੰਦ ਹੋ ਗਈ ਕੰਪਿਊਟਰ ਤੁਹਾਡਾ ਗੂੰਗਾ ਹੈ ਉਹ ਆਵਾਜ਼ ਉਹ ਨਹੀਂ ਪਟਾਕਾ ਹੀ ਮਾਰਿਆ ਯਾਰ ਮੀਟਰ ਦੇ ਕੋਲ ਹੁਣ ਸਾਰਾ ਟੱਬਰ ਬੈਠੇ ਰਹੀਏ ਕਰੀ ਬਾਹਰ ਜਾ ਕੇ ਮੀਟਰ ਬਾਹਰ ਲੱਗੇ ਨੇ ਨਹੀਂ ਉਹ ਆਵਾਜ਼ ਤੇ ਹੁੰਦੀ ਹੈ ਨਾ ਕੋਈ ਪਟਾਕਾ ਵੱਜਾ ਜਾਂ ਕੋਈ ਆਵਾਜ਼ ਕੋਈ ਨਹੀਂ ਨਹੀਂ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੁੰਮ ਚੁੱਪ ਕਰਕੇ ਚਲੀ ਚੁੱਪ ਕਰਕੇ ਚਲੀ ਗਈ ਦੱਸਿਆ ਨਹੀਂ ਨਾਰਾਜ਼ ਹੋ ਤਾਂ ਨਹੀਂ ਪਤਾ ਨਹੀਂ ਕੀ ਹੈ ਬਿੱਲ ਵੀ ਦਿੱਤਾ ਹੈ ਚੰਗਾ ਭਲਾ ਬਿੱਲ ਕਿ ਜ਼ਿਆਦਾ ਬਿੱਲ ਪਾ ਕੇ ਭੇਜਿਆ ਫਿਰ ਵੀ ਦਿੱਤਾ ਤੇ ਫਿਰ ਚਲੀ ਗਈ ਸਾਰਿਆਂ ਨੇ ਪਤਾ ਕਰਾ ਲਿਆ ਤੁਸੀਂ ਗਲੀ ਵਿੱਚ ਤੁਹਾਡੀ ਕਿਸੇ ਹੋਰ ਦੀ ਤਾਂ ਨਹੀਂ ਗਈ ਨਹੀਂ ਸਾਰਿਆਂ ਦੀ ਆਂਦੀ ਸਾਰਿਆਂ ਦੀ ਸਿਰਫ ਤੁਹਾਡੀ ਤੁਹਾਡੀ ਪਾ ਨਾ ਨਹੀਂ ਇਹ ਤਾਂ ਮਾੜੀ ਗੱਲ ਹੈ ਯਾਰ ਆਹ ਬਜੀ ਨੂੰ ਆਪ ਹੀ ਆ ਚਾਹੀਦਾ ਨਾ ਬੱਤੀ ਨੂੰ ਕੋਈ ਯਾਰ ਤੁਹਾਡੀ ਹੀ ਕਿਉਂ ਗਈ ਬੇਟਾ ਯਾਰ ਇਹ ਤੁਸੀਂ ਇਨਕੁਆਇਰੀ ਫੇਰ ਕਰ ਲੈਣਾ ਅੱਛਾ ਤੁਸੀਂ ਇਹਨੂੰ ਠੀਕ ਕਰ ਦਿਓ ਜੇ ਕਰ ਸਕਦੇ ਹੋ ਚਲੋ ਆਪ ਮੈਨੂੰ ਦੱਸੋ ਆਪਣਾ ਇਸ ਤਰ੍ਹਾਂ ਕਰੋ ਕਿ ਟੈਸਟ ਹੈਗਾ ਤੁਹਾਡੇ ਕੋਲ ਟੈਸਟ ਅੱਛਾ ਤੁਹਾਡੇ ਕੋਲ ਟੈਸਟ ਨਹੀਂ ਹੈਗਾ ਨਹੀਂ 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 ਉਹ ਟੈਸਟ ਹੈ ਤੁਹਾਡੇ ਕੋਲ ਅਗਰ ਰਹਿ ਤਾਂ ਨੂੰ ਦੇ ਦਿਓ ਅੱਛਾ ਟੈਸਟ ਤੇ ਹੈਗਾ ਸਰ ਟੈਸਟ ਤੋਂ ਬਗੈਰ ਤਾਂ ਮੈਨੂੰ ਚੈੱਕ ਦੇ ਹੋਣੀ ਹਾਂ ਉਹ ਤੁਸੀਂ ਲੈ ਕੇ ਨਹੀਂ ਆਉਂਦੇ ਆਪਣਾ ਨਹੀਂ ਰੱਖਦੇ ਨਹੀਂ 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 ਹੈ ਟੈਸਟ ਅੱਛਾ ਤੁਹਾਡਾ ਟੈਸਟ ਕੰਮ ਨਹੀਂ ਕਰਦਾ ਨਹੀਂ ਉਹ ਨਵਾਂ ਨਾ ਅਗਲੀ ਰਨਿੰਗ ਹੀ ਪੂਰੀ ਹੋਈ ਅੱਛਾ ਟੈਸਟ ਤੁਸੀਂ ਇਸ ਤਰ੍ਹਾਂ ਕਰੋ ਦੇ ਦਿਓ ਅੱਛਾ ਜੀ ਹੋਰ ਕਿ ਹੋਰ ਕੋਈ ਚੀਜ਼ ਉਹ ਫਿਰ ਦੇ ਲੈ ਟੈਸਟ ਬਸ ਟੈਸਟ ਮਿਲ ਜਾਂਦਾ ਤਾਂ ਆਓ ਨਾਲੇ ਮੈਨੂੰ ਦੱਸੋ ਜਰਾ ਕਿ ਕਿੱਥੇ ਕਰਕੇ ਮਾਮਲਾ ਖਰਾਬ ਹੋਇਆ ਤੁਹਾਡਾ ਆਓ ਜੀ ਆਓ ਲੋ ਜਨਾ ਪੇਸ਼ਕਸ ਲੱਗ ਗਿਆ ਟੈਸਟ ਨਹੀਂ ਹੈਗਾ ਟੈਸਟ ਨਹੀਂ ਹੈਗਾ ਨਹੀਂ ਜੀ ਤਾਂ ਕੋ ਨਾ ਐਸਾ ਇਹ ਚੀਜ਼ਾਂ ਤੁਹਾਨੂੰ ਵੀ ਪਤਾ ਵੀ ਬੱਤੀ ਖਰਾਬ ਹੋ ਸਕਦੀ ਤੁਹਾਡੀ ਅੱਛਾ ਇਸ ਤਰ੍ਹਾਂ ਦੀਆਂ ਚੀਜ਼ਾਂ ਕੱਚ ਪਾਣੀ ਜ਼ਰੂਰੀ ਨਹੀਂ ਹੈ ਨਹੀਂ ਚੀਜ਼ਾਂ ਪਈਆਂ ਹੈ ਇਹਦਾ ਮਤਲਬ ਫਿਰ ਮੈਂ ਕੋਰਸ ਕਰਨਾ ਪਹਿਲੇ ਇਲੈਕਟ੍ਰੀਸ਼ਨ ਦਾ ਹੈ ਪਹਿਲੇ ਕੋਰਸ ਕਰਨਾ ਮੈਂ ਇਲੈਕਟ੍ਰੀ ਦਾ ਐ ਸਭ ਕੁਛ ਹੀ ਕਰ ਲਿਓ ਕੋ ਨਾ ਆਪਣੇ ਘਰ ਦਾ ਕੰਮ ਜਿਹੜਾ ਨਾ ਜੀ ਉਹ ਆਪ ਖੁਦ ਦੇ ਬਿਹਤਰ ਹੋਗਾ ਤੁਸੀਂ ਛੱਡਣ ਲੱਗੇ ਹੋ ਕੰਮ ਤਾਂ ਆਪਣੇ ਤੁਸੀਂ ਨਹੀਂ ਕਰਨਾ ਲੱਗਾ ਨਾ ਕਰੀ ਮੇਰੇ ਤਾਂ ਬੱਚੇ ਦੇ ਰਿਜ਼ਕ ਰੋਟੀ ਨਹੀਂ ਮੈਂ ਕਿਉਂ ਛੱਡਣਾ ਆ ਤਾਂ ਕਰੋ ਕੰਮ ਫਿਰ ਸਹੀ ਉਹ ਮੈਂ ਵੇਖ ਰਿਹਾ ਹਾਂ ਓਏ 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 ਕੀ ਹੋਇਆ ਇਹ ਕੋਈ ਨਾ ਕਿਥੋਂ ਜੀ ਅੱਛਾ ਵਾਹ ਇਹ ਵੀ ਨਹੀਂ ਪਤਾ
ਨਹੀਂ ਲੌਕ ਦਾ ਨਹੀਂ ਤੁਹਾਨੂੰ ਪਤਾ ਨਾ ਇਹਨੇ ਕੋਈ ਲੌਕ ਤੇ ਨਹੀਂ ਲਾਇਆ ਲੌਕ ਕਿਤੇ ਕੀ ਬੈਂਕ ਦਾ ਲੌਕਰ ਹੈ ਜਿਹੜਾ ਅਸੀਂ ਲੌਕ ਲਾਇਆ ਤੇ ਲੌਕ ਸੋ ਕੋਈ ਨਹੀਂ ਲਾਇਆ ਕੋਡ ਨਹੀਂ ਲਗਾ ਨਾ ਕੁਛ ਨਹੀਂ ਕੋਡ ਲਾਇਆ ਬਿਜਲੀ ਦਾ ਤਾਂ ਇਹ ਬੱਤੀਆਂ ਜਾਂਦੀਆਂ ਫਟਾਫਟ 1 2 3 4 5 6 7 8 9 10 11 12 ਅੱਛਾ ਇਹਦੇ ਤਾਂ ਜੀ 12 ਬਟਨ ਹਾਂ ਸ਼ੁਕਰ ਹੈ ਸਾਨੂੰ ਪਤਾ ਲੱਗ ਗਿਆ ਨਹੀਂ ਤਾਂ ਸਾਨੂੰ ਨਹੀਂ ਸੀ ਪਤਾ ਆ ਵੇਖੋ ਨਾ ਅੱਜ ਤੁਹਾਨੂੰ ਦੱਸਿਆ ਇਹ ਗਿਣੀ ਤਾਂ ਮੈਨੂੰ ਪਹਿਲੇ ਪਤਾ ਅੱਛਾ ਠੀਕ ਹੈ ਅੱਛਾ ਜੀ ਇਹ ਇਹਨਾਂ ਨੂੰ ਕਹਿੰਦੇ ਜੈਮਰ 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 ਅੱਛਾ ਹੈ ਜੀ ਅੱਛਾ ਕੁਝ ਹੋਰ ਤਾਂ ਨਹੀਂ ਕਹਿੰਦੇ ਇਹਨਾਂ ਨੂੰ ਤਾਂ ਤੁਹਾਨੂੰ ਪਤਾ ਉਹ ਨਾ ਅਸੀਂ ਕਿਹੜੇ ਪੜੇ ਲਿਖੇ ਬੰਦੇ ਆ ਮੈਂ ਤਾਂ ਜੈਮਰ ਹੀ ਸੁਣਿਆ ਸੁਣਿਆ ਕਿ ਹੁਣ ਨਹੀਂ ਜਾ ਕੀ ਹੈ ਅਗੋ ਚੱਲੇ ਨਹੀਂ ਹੋਇਆ ਇਹ ਉਹ ਭਾਈ ਜਾਨ ਨੇ ਖੋਲੋ ਐਂਜਲ ਉਹ ਅੱਛਾ ਜੀ ਆ ਇਹ ਤਾਂ ਪਤਾ ਫਾਲਟ ਕਿੱਥੇ ਯਾਰ ਫਾਲਟ ਤੂੰ ਲੱਭਣਾ ਕਿ ਮੈਂ ਲੱਭਣਾ ਇਹ ਘਰ ਤੁਹਾਡਾ ਕਿ ਮੇਰਾ ਹੈ ਉਹ ਬਿਜਲੀ ਦਾ ਤੂੰ ਹੈ ਕਿ ਮੈਂ ਮੀਟਰ ਤੁਹਾਡਾ ਹੀ ਹੈ ਮੇਰਾ ਯਾਰ ਕੰਮ ਕਰਨ ਤੇ ਤੂੰ ਆਇਆ ਨਾ ਹਾਂ ਇਹ ਕੰਮ ਕਰਨ ਤੇ ਮੈਂ ਹੀ ਆਇਆ ਮੈਨੂੰ ਦੱਸੋਗੇ ਕਿ ਕਿੱਥੇ ਕੰਮ ਤੇ ਉੱਥੇ ਕਰਾਂਗਾ ਨਾ ਜੀ ਮੈਂ ਜਾਂ ਫਿਰ ਮੇਰੇ ਲੱਭਾ ਮੈਨੂੰ ਯਾਰ ਕਿਹੜਾ ਬੰਦਾ ਆ ਗਿਆ ਮੇਰੇ ਘਰ ਉਹ ਤੂੰ ਹੀ ਨਾ ਟੈਲੀਫੋਨ ਤੇ ਤੇਰੇ ਨਾਲ ਹੀ ਗੱਲ ਹੋ ਰਹੀ ਸੀ ਪਤਾ ਕੀ ਇਹਨਾਂ ਮੇਰੇ ਕੋਲ ਟਾਈਮ ਨਹੀਂ ਕਿ ਮੈਂ ਤੁਹਾਨੂੰ ਸਾਫ਼ ਕਰੇ ਦੱਬਾ ਮੈਂ ਕਿਤੇ ਹੋਰ ਨਹੀਂ ਜਾਣਾ ਤੁਸੀਂ ਮੈਨੂੰ ਨੁਕਸ ਦੱਸ ਦਿਓ ਮੈਂ ਕਰ ਰਿਹਾ ਜੀ ਮੈਂ ਨੁਕਸ ਆ ਰਹੀ ਹੈ ਬੱਤੀ ਨਹੀਂ ਆ ਰਹੀ ਨਹੀਂ ਇਹ ਤਾਂ ਤੁਸੀਂ ਮੈਨੂੰ ਪਹਿਲੇ ਦੱਸਿਆ ਕਿ ਬੱਤੀ ਨਹੀਂ ਆ ਆ ਤਾਂ ਫਿਰ ਕਿਉਂ ਬਾਰ-ਬਾਰ ਪੁੱਛ ਰਹੇ ਹੋ ਇਹ ਕਰੰਟ ਆ ਰਿਹਾ ਕਿੱਥੇ ਆ ਰਿਹਾ ਜੀ ਆ ਰਿਹਾ ਮੈਂ ਤੁਹਾਨੂੰ ਪੈਂਦਾ ਨਾ ਇਹ ਟੈਸਟਰ ਤੇ ਹੈ ਹੀ ਆ ਤਾਂ ਫਿਰ ਟੈਸਟਰ ਲੈ ਕੇ ਆਣਾ ਸੀ ਹਾਂ ਉਹ ਤਾਂ ਮੈਂ ਕਿਹਾ ਲੇਕਿਨ ਇਹਦਾ ਇੱਕ ਫਾਇਦਾ ਹੈ ਬੱਚੇ ਲੱਗ ਕਰਦੇ ਹੈ ਨਾ ਜੀ ਆਹੋ ਅੱਲਾ ਨਾ ਕਰੇ ਅੱਛੀ ਗੱਲ ਦੇਖੋ ਕਰੰਟ ਨਹੀਂ ਆ ਰਿਹਾ ਆਹੋ ਤੇ ਬੱਚਿਆਂ ਦਾ ਘਰ ਹੈ ਖੁਦਾ ਦਾ ਖਾਸਤਾ ਬੱਚੇ ਤੁਹਾਡੇ ਜਵਾਨ ਵੀ ਹੋਣਗੇ ਥੋੜੇ ਹਾਂ ਤੇ ਕੋ ਬੱਚਾ ਖੋਲ ਕੇ ਹੱਥ ਲਾ ਦੇ ਜੇ ਕੌਣ ਇਹ ਅੱਛੀ ਗੱਲ ਹੈ ਕਰੰਟ ਨਹੀਂ ਆ ਰਿਹਾ ਠੀਕ ਹੈ ਅੱਛਾ ਬੜੀ ਮਿਹਰਬਾਨੀ ਹੈ ਆਹੋ ਕਰੰਟ ਤੇ ਨਹੀਂ ਆ ਰਿਹਾ ਇਹ ਗੱਲ ਹੈ ਥੋੜਾ ਤੁਸੀਂ ਇਸਾ ਕਰਨਾ ਆਇਦਾ ਨਾ ਜੀ ਇਹ ਉੱਤੇ ਥੋੜਾ ਉੱਚਾ ਕਰਕੇ ਲਵਾਉਣਾ ਇੱਥੇ ਯਾਰ ਜੇ ਨੂੰ ਪਟਾਈਏ ਪਹਿਲੇ ਸਾਰੀ ਵਾਇਰਿੰਗ ਦੁਬਾਰਾ ਕਰਾ ਕੇ ਉੱਥੇ ਲੈ ਕੇ ਜਾਈਏ ਓਏ ਇਹਨੂੰ ਠੀਕ ਕਰ ਇਹਨੂੰ ਠੀਕ ਕਰਨੇ ਦੁਬਾਰਾ ਆਓ ਬਗਲ ਨਵੇਂ ਮਸ਼ਰੇ ਦੇਣੇ ਖਰਚਾ ਕਰ ਲਈ ਨਾ ਐਡਾ ਵਧੀਆ ਘਰ ਬਣਾ ਲਿਆ ਥੋੜਾ ਇਹਨੂੰ ਉੱਚਾ ਕਰਾ ਲਓ ਇੱਥੇ ਕੀ ਫਰਕ ਪੈਂਦਾ ਯਾਰ ਤੇ ਤੂੰ ਉਦੋਂ ਆਇਆ ਨਾ ਸੀ ਨਾ ਜਦੋਂ ਨਸ਼ਾ ਬਾਸ ਹੋਇਆ ਸੀ ਉਦੋਂ ਆ ਕੇ ਸਾਨੂੰ ਦੱਸ ਚੰਦਾ ਸਾਡੇ ਨੂੰ ਪਤਾ ਤੂੰ ਐਡਾ ਹੀਰਾ ਕਿਤੇ ਲੁਕਿਆ ਬੈਠਾ ਅੱਛਾ ਜੀ ਇਹ ਹੁਣ ਇਹ ਇੱਥੇ ਵੀ ਕਰਨੀ ਨਾ ਆ ਰਿਹਾ ਉਹ ਨਹੀਂ ਆ ਰਿਹਾ ਇਹ ਇੱਥੇ ਵੀ ਨਹੀਂ ਆ ਰਿਹਾ ਨਹੀਂ ਆ ਕਿਤੇ ਵੀ ਨਹੀਂ ਆ ਰਿਹਾ ਨਹੀਂ ਇਹਦਾ ਮਤਲਬ ਕੋਈ ਰੈਸ ਖਰਾਬ ਹੈ ਯਾਰ ਇਹ ਮਾਲਾ ਜਿਹਨੂੰ ਆ ਲੈ ਉਹ ਕੌਣ ਹੈ ਤੂੰ ਭਾਈ ਉੱਤੇ ਹੈ ਤੂੰ ਤਾਂ ਮੈਂ ਸਿਰਫ ਨਾ ਕੋਤੇ ਕਨੈਕਸ਼ਨ ਹੈ ਨਾ ਕਨੈਕਸ਼ਨ ਹੈਗਾ ਇੱਥੋਂ ਹੀ ਜਾਂਦਾ ਸਾਰਾ ਕਨੈਕਸ਼ਨ ਸਾਰੇ ਇੱਥੋਂ ਹੀ ਚੱਲਦੇ ਆਹੋ ਤੇ ਇਹਨਾਂ ਕੋਲ ਲੋਡ ਪਾਉਣਾ ਸੀ ਉਹਨੇ ਉੱਠਣਾ ਹੀ ਨਾ ਜੀ ਇੱਕੋ ਤੋਂ ਕਨੈਕਟ ਚਲਾਈ ਜਾ ਰਿਹਾ ਸਾਰਾ ਏਸੀ ਹੈਗਾ ਤੁਹਾਡਾ ਹੈਗਾ ਲਵਾ ਦੇ ਲਵਾ ਦੇ ਬਿੱਲ ਬਹੁਤ ਆ ਰਹੇ ਨੇ ਯਕੀਨ ਕਰੋ ਮੀਟਰ ਘੁੰਮ ਜਾਂਦਾ ਕਿੰਨਾ ਬੜਾ ਯਾਰ ਠੀਕ ਕਰ ਤੂੰ ਕਿਹੜਾ ਜਿਹਾ ਮਸ਼ਰਾ ਦੇ ਇੰਨੇ ਮੈਨੂੰ ਆ ਏਸੀ ਆਪ ਚਲਾਉਂਦੇ ਹੋ ਜੀ ਰਿਸ਼ਤੇਦਾਰਾਂ ਦੇ ਉਹ ਰਿਸ਼ਤੇਦਾਰਾਂ ਤੇ ਕੀ ਹਿਸਾਬ ਆਇਆ ਨਾ ਰਿਸ਼ਤੇਦਾਰਾਂ ਦੇ ਉਹਨਾਂ ਦੀ ਵਾਰੀ ਨਹੀਂ ਚਲਾਉਂਦੇ ਨਾ ਅਸੀਂ ਨਹੀਂ ਚਲਾਉਂਦੇ ਅਸੀਂ ਹਮ ਬਣਾਉਂਦੇ ਨਹੀਂ ਰਿਸ਼ਤੇਦਾਰਾਂ ਨੂੰ ਨਾ ਤੇਰੀ ਬੇਵਰਗਤੀ ਪਈ ਨਾ ਜੀ ਬੇਵਰਗਤੀ ਹੈ ਇਹ ਬਣਾਉਣਾ ਲੱਗੀ ਹੈ ਤੇਰੇ ਮੂੰਹ ਤੇ ਨਹੀਂ ਮੈਂ ਵੈਸੇ ਪੁੱਛ ਰਿਹਾ ਤੇ ਏਸੀ ਕਿੰਨੀ ਦੇਰ ਚਲਾਉਂ 16 ਤੇ 26 ਤੇ ਕਿੰਨੇ ਤੇ 26 ਦੇ 26 ਦੇ ਹਾਂ 26 ਤੇ ਤਾਂ ਯਾਰ ਫਿਰ ਨਹੀਂ ਖਰਾਬ ਹੋਣੀ ਚਾਹੀਦੀ ਹੈ ਹੈਨਾ ਤੇ ਉਹ 26 ਤੇ ਸਹੀ ਚੱਲ ਜਾਂਦਾ ਵੈਸੇ ਅੱਜ 32 ਹੋ ਜਾਏਗੀ ਠੀਕ ਹਾਂ ਜੀ ਹਾਂ ਜੀ 32 ਤਾਂ ਹੋ ਜਾਣੀ ਹੈ ਅੱਛਾ ਤੁਸੀਂ ਮੈਨੂੰ ਬੁਲਾ ਲਿਆ ਹਾਂ 32 ਹੋ ਜਾਣੀ ਹੈ ਅੱਛਾ ਜੀ ਆਹ ਜਿਹੜਾ ਬਟਨ ਹੈ ਜੀ ਇਹਨੂੰ ਕਹਿੰਦੇ ਚੀਜ਼ਾ ਜਿਹੜੇ ਕਿ ਤਿੰਨ ਤਿੰਨ ਨੰਬਰ ਵਾਲਾ ਇਹ ਵੇਖੇ ਇਹਦਾ ਬਲਾ ਕੀ ਬਟਨ ਹੈ ਕੀ ਮਤਲਬ ਅਗਰ ਲੈਟ ਆ ਰਹੀ ਹੁੰਦੀ ਤੇ ਕਰੰਟ ਇੰਜ ਕਰਨਾ ਸੀ ਓਏ ਹੋਏ ਹੈ ਨਹੀਂ ਝਟਕਾ ਨਹੀਂ ਲੱਗਦਾ ਹੋਣਾ ਐਸ ਕਰੋ ਨਹੀਂ ਆਈਟਮ ਨਹੀਂ ਝਟਕਣਾ ਕਿਉਂਕਿ ਬੱਤੀ ਆਉਣੀ ਹੋਣੀ ਆਣੀ ਆਣੀ ਇਹਨੇ ਝਟਕਾ ਲੱਗੇ ਝਟਕਾ ਚੇਂਜ ਕਰ ਦੇਣਾ ਇਹ ਤਾਂ ਬਿਲਕੁਲ ਅੱਛਾ ਸੀ ਇਹ ਸਾਰਾ ਸਹੀ ਕਰ ਦੇ ਤਾਂ ਕਿ ਮੈਂ ਹਾਂ ਇਹ ਅੱਜ 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 ਚੌਥਾ ਬਟਨ ਲੈਣਾ ਅੱਛਾ ਇਹ ਪੰਜਵਾਂ ਹਾਂ ਇਹ ਜਿਹੜਾ ਬਟਨ ਲੈਣਾ ਇਹ ਛੇਵਾਂ ਆਹ ਇਹ ਚ ਤੇ ਪਹਿਲੇ ਨਹੀਂ ਲੱਗਣਾ ਹਾਂ ਇਹ ਸਤਵਾਂ ਤੇ ਐਫ ਚਾਹੀਦੀ ਯਾਰ ਤੇ ਤੂੰ ਕੀ ਲੈ ਕੇ ਆਇਆ ਐਡਾ ਵੱਡਾ ਬਸਤਾ ਕਹ ਲਈ ਟੋਫੀਆਂ ਭੇਜ ਆਇਆ ਰਸਤੇ ਚ ਅੱਛਾ ਇਹ ਬੈਗ ਜਿਹੜਾ ਤੁਸੀਂ ਆਹੋ ਸਮਾਨ ਨਹੀਂ ਹੈ ਭਾਜੀ ਉਹ ਤੇ ਮੇਰੀ ਸੱਸ ਨੂੰ ਮਾਰਨਾ ਚੀਜ਼ਾਂ ਬੋਲ ਨਹੀਂ ਮੈਂ ਉੱਥੇ ਚੱਲਾਂ ਤੇਰਾ ਫੋਨ ਨਾ ਕਿ ਮੈਂ ਮਾਰੇ ਪਲਾਸ ਹੈ ਕਿ ਤੇਰੇ ਕੋਲ ਪਲਾਸ ਹੈਗਾ ਹੈਗਾ ਪਲਾਸ ਹੈਗਾ ਤਾਰ ਦਾ ਟੋਟਾ ਚਾਹੀਦਾ ਇੰਨਾ ਤਿਆ ਕਰ ਯਾਰ ਤੋਂ ਤਾਰ ਦਾ ਟੋਟਾ ਨਹੀਂ ਹੈਗਾ ਪਲਾਸ ਹੈਗਾ ਲਿਆ ਦਿਆਂ ਜਦੋਂ ਤੁਹਾਡੇ ਘਰ ਕੱਖ ਵੀ ਨਹੀਂ ਹੈਗਾ ਤੁਸੀਂ ਬੱਤੀ ਖਰਾਬ ਕਰਾਈ ਜੋ
ਤੁਹਾਨੂੰ ਤਾਂ ਤੁਹਾਡੀ ਖਰਾਬ ਮੇਰੇ ਘਰ ਤੋਂ ਦੇਖੋ ਨਾ ਪਹਿਲੇ ਤਿਆਰੀ ਕਰਕੇ ਰੱਖਣੀ ਚਾਹੀਦੀ ਅਗਰ ਤੁਹਾਡੇ ਕੋਲ ਪੱਲੇ ਹੈ ਹੀ ਕੱਖ ਨਹੀਂ ਤੁਸੀਂ ਲਿਆ ਹੀ ਕੁਛ ਨਹੀਂ ਬੱਤੀ ਕਿਉਂ ਖਰਾਬ ਕਰਾਉਣੀ ਇਹਦਾ ਮਤਲਬ ਅਸੀਂ ਘਰ ਬਣਾਇਆ ਨਾਲ ਇਲੈਕਟ੍ਰਿਕ ਦਾ ਸਾਰਾ ਸਮਾਨ ਰੱਖ ਛੱਡੀਏ ਅਜ਼ਾਫੀ ਤੀਸਰੇ ਬੱਤੀ ਖਰਾਬ ਹੋ ਜਾਏਗੀ ਸੈਂਟਰੀ ਵਾਲਾ ਕਹੇਗਾ ਸੈਂਟਰੀ ਵਾਲਾ ਸਮਾਨ ਲਿਆ ਕੇ ਰੱਖ ਲਓ ਠੀਕ ਹੈ ਲੱਕੜੀ ਵਾਲਾ ਕਹੇਗਾ ਲੱਕੜੀ ਫਾਲਤੂ ਰੱਖ ਲਓ ਉਹ ਕਾਹਦੇ ਮਸ਼ਰੇ ਦੇਣ ਆ ਗਿਆ ਭਾਈ ਤੂੰ ਪਲਾਸ ਹੈਗਾ ਨਾ ਤੁਹਾਡੇ ਘਰ ਹੈਗਾ ਪਲਾਸ ਭੁੱਖਾ ਚਲਾ ਜਾਵਾ ਇੱਥੋਂ ਮੈਂ ਸਿਆਣੇ ਕਹਿੰਦੇ ਘਰੋਂ ਜਾਓ ਖਾ ਕੇ ਦੇਖੋ ਮਿੰਟ ਪਕਾ ਕੇ ਘਰੋਂ ਖਾਓ ਨਾ ਜਾ ਕੇ ਇਹ ਕਿਹੜਾ ਘਰ ਚਲੋ ਠੀਕ ਹੈ ਪਰ ਹੁਣ ਤੁਸੀਂ ਆਪ ਗਿਆ ਰੋਟੀ ਲੈ ਕੇ ਚਾਹਦੇ ਜੀ ਕਰੇ ਗਏ ਤੁਸੀਂ ਕਿਹਾ ਨੀ ਉਹ ਤਾਂ ਮੈਂ ਗੁੱਸੇ ਚ ਕਹਿਣ ਦਿਆ ਜਿੰਨੀ ਦੇਰ ਤੂੰ ਖਲੋਤਾ ਰਹਿਣਾ ਖਰਾਬ ਹੋ ਕੇ ਰਹਿਣਾ ਹੁਣ ਹੀ ਕਰਨ ਲੱਗਾ ਜਦੋਂ ਤੂੰ ਆਇਆ ਆਪਣੀ ਜ਼ਮੀਨ ਨਾਲ ਆਹੋ ਚੰਗਾ ਮਾੜਾ ਬੰਦਾ ਹੈ ਬੇੜਾ ਖੜਾ ਕਰ ਦਿੱਤਾ ਮੈਂ ਤਾਂ ਪਲਾਸ ਤੇ ਆ ਗਿਆ ਪਿੱਛੇ ਹੀ ਮੈਨੂੰ ਚਾਹੀਦਾ ਨਹੀਂ ਸੀ ਆ ਕਿਉਂ ਤੁਸੀਂ ਗਲਤ ਲੈ ਰਹੇ ਮੈਨੂੰ ਮੈਂ ਐਵੇਂ ਤਾਂ ਰੀਂਜ ਆਇਆ ਕਿਉਂਕਿ ਮੈਂ ਤੈਨੂੰ ਹਾਲੇ ਖੋਲਣਾ ਹੀ ਨਹੀਂ ਅੱਛਾ ਹਾਂ ਇਹ ਕੱਲ ਆ ਖੋਲਣਾ ਨਹੀਂ 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 ਖੋਲਣਾ ਗਾ ਜੀ ਮੈਂ ਹਾਂ ਲੋੜ ਪਈ ਤਾਂ ਮੈਂ ਖੋਲਾਂਗਾ ਅੱਛਾ ਅੱਛਾ ਜੀ ਇਹ ਅਗਰ ਮੈਂ ਇਹ ਅਗਰ ਮੈਂ ਬੇਚ ਖੋਲਣਾ ਨਾ ਜੀ ਆਹੋ ਆਹੋ ਤੇ ਇਹ ਤੇ ਲਾ ਦੇ ਹਾਂ ਠੀਕ ਹੈ ਅੱਛਾ ਅਗਰ ਮੈਂ ਦੂਜਾ ਬੇਚ ਖੋਲਾਂਗਾ ਤੇ ਇਹ ਹੋਰ ਤੇ ਲਾ ਦੇ ਅੱਛਾ ਠੀਕ ਠੀਕ ਹੈ ਨਾ ਜੀ ਅਗਰ ਮੈਂ ਪੇਸ਼ ਬੋਲਾਂ ਤਾਂ ਇਹ ਜਿਹੜਾ ਤੀਸਰਾ ਇਹ ਬਹੁਤ ਅਹਿਮ ਆ ਇਹਦੇ ਨਾਲ ਮਜ਼ੀਦ ਢਿੱਲਾ ਹੋ ਜਾਏਗਾ ਅੱਛਾ ਅਤੇ ਜੇ ਚੌਥਾ ਬੋਲਾਂ ਚੌਥਾ ਬੋਲਾਂਗਾ ਤਾਂ ਇਹ ਫਿਰ ਜਨਾਬ ਮੈਨੂੰ ਲੱਗਦਾ ਕਿ ਫਿਰ ਇਹ ਬਾਹਰ ਆਏਗਾ ਅੱਛਾ ਮੀਠਾ ਚਲੋ ਇਹਦੇ ਪਿੱਛੇ ਹੁੰਦੀਆਂ ਤਾਰ ਅੱਛਾ ਹੈ ਜੀ ਹਾਂ ਉਹ ਡੰਡਾ ਖਤਰਨਾਕ ਹੁੰਦੀ ਹੈ ਕਿਸੇ ਵੇਲੇ ਦਸਤਾਨੇ ਕਿ ਕਰੇ ਦਸਤਾਨੇ ਗਠਨ ਕਰਨਾ ਦਸਤਾਨੇ ਦਸਤਾਨੇ ਨਹੀਂ ਕਰਦੇ ਉਹ ਕੀ ਕਰਨਾ ਦਸਤਾਨੇ ਇਹ ਸਰਦੀ ਪਹਿਨ ਰਹੀ ਹੈ ਬਰਫਾਂ ਪਹਿਨ ਰਹੀ ਹੈ ਬਾਹਰ ਨਹੀਂ ਦਸਤਾਨੇ ਰੱਖੇ ਨਹੀਂ ਕਰਨੇ ਉਹ ਯਾਰ ਕਰਨਾ ਕੀ ਨੇ ਦਸਤਾਨੇ ਨਹੀਂ ਅਸੀਂ ਨਹੀਂ ਰੱਖੇ ਕਦ ਨਹੀਂ ਹੁੰਦੇ ਨੇ ਦਸਤਾਨੇ ਉਹ ਭਾਈ ਉਹ ਚੜਾ ਕੇ ਮੈਨੂੰ ਫਿਰ ਚੈੱਕ ਕਰੀਦਾ ਤਾਂ ਕਿ ਕਰੰਟ ਨਾ ਪਵੇ ਯਾਰ ਤੈਨੂੰ ਕਰੰਟ ਨੇ ਕੀ ਕਰਨਾ ਚਲੋ ਖੈਰ ਇਹ ਗੱਲ ਹੁੰਦੀ ਜਾਨੀ ਕਿ ਤੁਸੀਂ ਇਸ ਤਰ੍ਹਾਂ ਕੋਲ ਕਿਲੋ ਦੁੱਧ ਮੰਗਾਓ ਫਟਾਫਟ ਹੈ ਉਹ ਕਿਲੋ ਦੁੱਧ ਉਹ ਦੁੱਧ ਦਾ ਬਿਜਲੀ ਨਾਲ ਕੀ ਤਲਕ ਹੈ ਬਈ ਤਲਕ ਹੈ ਨਾ ਜੀ ਕੀ ਤਲਕ ਕਿਉਂਕਿ ਮੈਂ ਜਿੱਥੇ ਵੀ ਕੰਮ ਕਰਨ ਜਾਂਦਾ ਹਾਂ ਜੀ ਮੈਨੂੰ ਕਰੰਟ ਪੈਂਦਾ ਹੀ ਪੈਂਦਾ ਤੇ ਅਸੀਂ ਦੁੱਧ ਕਿਉਂ ਮੰਗਾ ਲਈਏ ਕਰੰਟ ਪੈਣਾ ਜੀ ਮੈਨੂੰ ਉਹ ਤੈਨੂੰ ਪੈਣਾ ਨਾ ਤਾਂ ਤੂੰ ਦੱਸੀ ਕਿਉਂ ਮੰਗਾਈਏ ਤੂੰ ਤੁਹਾਡੇ ਘਰ ਨਹੀਂ ਆਇਆ ਠੀਕ ਕਰ ਯਾਰ ਤੇ ਕੰਮ ਤੂੰ ਬਿਜਲੀ ਵਾਲਾ ਤੂੰ ਆਣਾ ਪੈਸੇ ਤੂੰ ਲੈਣਾ ਨਾ ਬਿਜਲੀ ਤੇ ਫਿਰ ਅਸੀਂ ਦੁੱਧ ਕਿਉਂ ਮੰਗਾਈ ਤੁਸੀਂ ਮੰਗਾ ਲਓ ਨੀਮ ਗਰਮ ਦੁੱਧ ਨਾਲ ਇੱਕ ਹਲਕਾ ਅੱਧਾ ਚਮਚ ਪਾਉਣ ਸ਼ਾਇਦ ਪਾ ਲੈਣਾ ਉਹ ਤੁਸੀਂ ਡੈਡੀ ਦੇਖਣਾ ਕਿਉਂਕਿ ਕਿਸੇ ਵੇਲੇ ਵੀ ਕਰੰਟ ਪੈ ਜਾਣਾ ਅੱਛਾ ਨਾਲ ਬਦਾਮ ਲੋਖਣ ਵੀ ਪਾ ਲਈਏ ਨਾਲ ਕਾਜੂ ਬਦਾਮ ਵੀ ਲਾਈਏ ਹਾਂ ਠੀਕ ਹੈ ਪੂਰਾ ਟ੍ਰੀਟਮੈਂਟ ਤੈਨੂੰ ਕਰਕੇ ਦਈਏ ਉਹ ਇਹਦਾ ਤਲਕ ਕੀ ਹੈ ਬਿਜਲੀ ਨਾਲ ਕੋਈ ਤਲਕ ਨਹੀਂ ਕੋਈ ਤਲਕ ਨਹੀਂ ਤੇ ਆਪਸ ਦੀ ਗੱਲ ਹੈ ਮੇਰਾ ਵੀ ਇਸ ਗੱਲ ਨਾਲ ਕੋਈ ਤਲਕ ਨਹੀਂ ਤਾਂ ਫਿਰ ਕੀ ਲੈਣਾ ਆਇਆ ਤੇ ਮੈਂ ਸਾਹ ਲੈਣਾ ਹੈ ਬਾਹਰ ਗਰਮੀ ਬਹੁਤ ਸੀ ਅੱਛਾ ਮੈਂ ਖਾਧਾ ਹੈ ਨਾ ਫਿਰ ਹੱਦ ਹੋ ਗਈ ਯਾਰ ਤੁਹਾਡੇ ਘਰ ਕੋਈ ਚੀਜ਼ਾਂ ਹੈ ਨਹੀਂ ਪੂਰੀਆਂ ਅੱਗੋਂ ਤੁਸੀਂ ਇਲੈਕਟ੍ਰੀਸ਼ਨ ਬੁਲਾ ਲੈਂਦੇ ਹੋ ਲੋਕ ਲਾ ਲੈਣਾ ਬਾਕੀ ਕੰਮ ਆਉਂਦਾ ਹੈ ਜਾਂ ਕਿਤੇ ਤਾਲੇ ਤੁਲੇ ਤੋੜਨੇ ਲੋਕਾਂ ਦੇ ਘਰਾਂ ਦੇ ਅੱਲਾ ਰਹਿਮ ਕਰੇ ਕੋਈ ਖਜਾ ਕਰੋ ਕੋਈ ਗੱਲ ਕਰ ਲੈਗੇ ਸੋਚੀ ਨਾ ਹੁੰਦਾ ਚੋਰ ਮੈਂ ਤਾਂ ਚੋਰ ਲੱਗ ਰਹੇ ਨਹੀਂ 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 ਚੱਲ ਚੱਲ ਨਿਕਲ ਜਾ ਗੁੱਸਾ ਨਾ ਚੜਾਈ ਮੈਨੂੰ।